ਵੀ ਸਾਰੇ ਮੁੰਡੇ ਇੱਕੋ ਵਰਗੇ ਵੀ ਨਹੀਂ ਹੁੰਦੇ ਤਾਂ ਰੂਪੀ ਗੰਦ ਪਾਣ ਜਾਂ ਹੁਲੜਬਾਜੀ ਕਰਨ ਹਾਂਜੀ ਉਹ ਸਾਰੇ ਇੱਕੋ ਵਰਗੇ ਨਹੀਂ ਹੁੰਦੇ ਮੈਂ ਸਾਰਾ ਦਾ ਨਾਲ ਮਿਲ ਕੇ ਰਹਿਣਾ ਇੱਥੇ ਕੋਈ ਕਿਸੇ ਨੂੰ ਬੁਲਾ ਕੇ ਰਾਜੀ ਨਹੀਂਗਾ ਐਂਡ ਸਾਰੇ ਆਪਣਾ ਮਤਲਬ ਦੇਖਦੇ ਆ ਸੋ ਸਭ ਤੋਂ ਜ਼ਿਆਦਾ ਮੈਂ ਸਿੱਧੀ ਗੱਲ ਕਰਾਂ ਫਿਰ ਤਾਂ ਇਹੀ ਆ ਕਿ ਆਪਣੀ ਹੀ ਸੋਸਾਇਟੀ ਤੁਹਾਨੂੰ ਕਰੂਗੀ ਡਿਸਕ੍ਰਿਮੀਨੇਟ ਇੱਥੋਂ ਦੀ ਨਹੀਂ ਕਰੂਗੀ ਇਹਨਾਂ ਆਪਣੀ ਕਮਿਊਨਿਟੀ ਦੇ ਨੇਟਿਵਸ ਨਹੀਂ ਕਰਨਗੇ ਆਪਣੀ ਕਮਿਊਨਿਟੀ ਲੇਕਿਨ ਆਪਣੀ ਕਰੂਗੀ ਤੁਹਾਨੂੰ ਤੁਸੀਂ ਜਦੋਂ ਕੈਨੇਡਾ ਚ ਆਏ ਸੀ ਤੁਹਾਨੂੰ ਕੀ ਡਿਫਿਕਲਟੀਜ਼ ਫੇਸ ਕਰਨੀਆਂ ਪਈਆਂ ਸਾਰਿਆਂ ਨੂੰ ਮੇਨ ਡਿਫਿਕਲਟੀ ਸੀ ਸਾਨੂੰ ਇੱਥੇ ਪਤਾ ਹੀ ਨਹੀਂ ਸੀ ਵੀ ਕਿੱਧਰ ਨੂੰ ਜਾਣਾ ਹੈ ਅਸੀਂ ਐਵੇਂ ਹੋਇਆ ਸਾਡੇ ਨਾਲ ਜਦੋਂ ਅਸੀਂ ਬੱਸ ਤੇ ਚੜ ਜਾਣਾ ਜਿਹੜੀ ਬੱਸ ਇੱਧਰ ਨੂੰ ਜਾਣਾ ਹੁੰਦਾ ਸੀ ਉੱਧਰ ਨੂੰ ਜਾ ਵੜਨਾ ਤੇ ਇਹ ਇੱਕ ਵਾਰੀ ਨਹੀਂ ਹੋਇਆ ਸੀ ਇੱਥੇ ਉੱਤਰ ਕੇ ਫਿਰ ਉੱਧਰ ਨੂੰ ਜਾ ਵੜਨਾ ਸਾਡੇ ਨਾਲ ਇਦਾਂ ਦਾ ਬਹੁਤ ਕੁਝ ਮੇਨ ਗੱਲ ਹੋਈ ਵੀ ਇੱਥੋਂ ਦੇ ਲੋਕ ਨਾ ਜਿਵੇਂ ਹੁਣ ਜਿਨ੍ਹਾਂ ਨਾਲ ਆਪਾਂ ਰਹਿੰਦੇ ਹਾਂ ਕਈ ਵਾਰੀ ਉਹ ਵੀ ਖਾਰ ਖਾਣ ਲੱਗ ਜਾਂਦੇ ਆ ਮਤਲਬ ਬਹੁਤ ਜ਼ਿਆਦਾ ਨਾ ਉਹ ਚੀਜ਼ ਡਿਫੀਕਲਟੀ ਆਈ ਵੀ ਕੋਈ ਸਪੋਰਟ ਨਹੀਂ ਕਰਦਾ ਲਾਈਕ ਕੋਈ ਇੱਦਾਂ ਨਹੀਂ ਕਹਿੰਦਾ ਵੀ ਹਾਂ ਯਾਰ ਨਵੇਂ ਆਏ ਆ ਕੋਈ ਨਹੀਂ ਇਟਸ ਓਕੇ ਹਨਾ ਸਾਰੇ ਇੱਦਾਂ ਕਹਿੰਦੇ ਆ ਵੀ ਯਾਰ ਤੂੰ ਤੈਨੂੰ ਅਕਲ ਨਹੀਂ ਹੈਗੀ ਤੈਨੂੰ ਇੱਦਾਂ ਨਹੀਂ ਹੈਗਾ ਤੂੰ ਇਸ ਹਿਸਾਬ ਨਾਲ ਨਹੀਂ ਸੋ ਉਹ ਚੀਜ਼ ਬੜੀ ਔਖੀ ਲੱਗਦੀ ਹੈ ਇੱਥੇ ਵੀ ਕੋਈ ਕਿਸੇ ਨੂੰ सो या इतने जॉब्स फाइंड करने लिए एप्स अवेलेबल ने जिम्मे इंडीड हो गया ग्लासडोर हो गया सो फस्ट जॉब मैं अपनी इंडीड के थ्रू फाइंड की थी वैसे तो मेरी ब्रदर सिस्टर करके वैसे मैं ज़्यादा डिफिकल्ट सी आए नहीं सी वैसे जिमें कि आप कह सकते हैं कि रिसेशन करके जॉब हाले तक मिल नहीं रही सब सबन तो मैं हाले तक जॉब मिली नहीं हैगी इस करके वो डिफिकल्टी मैं बहुत फेस हो रही सब तो पहले तो जी जॉब लभनी बड़ी हार्ड सी हाँ जी हाँ जी क्योंकि नवे बंदे नूं इत्थे जॉब ते रखदे नहीं जल्दी करन दे तुहानूं एक्सपीरियंस होना चाहिए ओके एंड मतलब फिर तुहानूं जद फर्स्ट जॉब मिली तुहाडा एक्सपीरियंस की सीगा इत्थे दा फस्ट जॉब स्टडी दे नाल सीगी उही टाइम हार्ड सीगा एक तां स्टडी दा शेड्यूल नहीं सही सीगा ते दूसरा जॉब भी नहीं मिलदी सीगी तो मतलब काफी डिफिकल्ट टाइम सीगा ओ तुहाडे लई कैनेडा च आई देखो सब तो पहला डिफिकल्टी दा बेसिकली कम दी सी पहला तां सब तो पहला इत्थे जिहदा ट्रांसपोर्टेशन आ बसिस दा हुंदा आ सानूं पता लगदा टाइमिंग दा कई बार कन्फ्यूज हो जांदे आ कि किधर जाणा किधर नहीं हां जी कई बार नॉर्थ साइड जाणा हुंदा साउथ चल जांदे आ इंडिया दा सब तो ज्यादा की मिस करदे हो तुसीं फैमिली नूं मिस करदे मैं तां फूड ठीक है खीर ओके ते जदों पिंड वी याद आंदा जिथे आपां रहे आ पले आ हां जी ਉਹ ਥਾਵਾਂ ਦੀ ਯਾਦ ਆਉਂਦੀ ਆ ਓਬਵੀਅਸਲੀ ਹਾਂਜੀ ਜਿੱਦਾਂ ਮੈਂ ਹੁਣੇ ਆਇਆ ਮੇਰਾ ਜੈਨਿਨ ਟੈਕਸੀ ਤੇ ਮੈਂ ਸਭ ਤੋਂ ਜ਼ਿਆਦਾ ਇੰਡੀਆ ਦਾ ਜੋ ਕਿ ਆਪਣਾ ਟਾਈਮ ਟੇਬਲ ਆ ਇੰਡੀਆ ਦਾ ਖੁੱਲ੍ਹਾ ਖਾਣਾ ਖੁੱਲ੍ਹਾ ਪੀਣਾ ਖੁੱਲ੍ਹਾ ਘੁੰਮਣਾ ਉਹ ਮੈਂ ਇੱਥੇ ਸਭ ਤੋਂ ਜ਼ਿਆਦਾ ਮਿਸ ਕਰ ਰਿਹਾ ਸਪੈਸ਼ਲੀ ਤੁਸੀਂ ਆਪਣੀ ਰੂਟੀਨ ਮਿਸ ਕਰ ਹਾਂਜੀ ਹਾਂਜੀ ਓਕੇ ਇੰਡੀਆ ਬਾਰੇ ਤਾਂ ਓਬਵੀਅਸਲੀ ਆਪਣੇ ਪੇਰੈਂਟਸ ਨੂੰ ਮਿਸ ਕਰਦੇ ਆ ਐਂਡ ਐਨੀਥਿੰਗ ਐਲਸ ਲਾਈਕ ਯੋਰ ਫਰੈਂਡਸ ਔਰ ਯੋਰ ਰਿਲੇਟਿਵਸ ਕਜ਼ਨਸ ਐਂਡ ਆਲ ਫੂਡ ਕਲਚਰ ਯਾ ਓਬਵੀਅਸਲੀ ਬਿਕਾਜ਼ ਵੀ ਆਰ ਲਿਵਿੰਗ ਇਨ ਬ੍ਰੈਂਪਟਨ ਸੋ ਐਨਾ ਜ਼ਿਆਦਾ ਡਿਫਰੈਂਟ ਨਹੀਂ ਹੁੰਦਾ ਬਟ ਇਹ ਗੱਲ ਹੈ ਕਿ ਹਾਂ ਜੇ ਆਪਾਂ ਲਾਈਕ ਜੇ ਕਿਸੇ ਹੋਰ ਸਾਈਡ ਤੇ ਚਲ ਜੀਏ ਜਿੱਥੇ ਪੰਜਾਬੀ ਘੱਟ ਹੋਣ ਤਾਂ ਫਿਰ ਡਿਫਿਕਲਟੀ ਹੁੰਦੀ ਆਪਣੀ ਕਲਚਰ ਨੂੰ ਉੱਥੇ ਅਡਾਪਟ ਕਰਕੇ ਰੱਖਣ ਦੀ ਵੈਸੇ ਤਾਂ ਹਲੇ ਤੱਕ ਬ੍ਰੈਂਪਟਨ 'ਚ ਮੈਂ ਰਹਿ ਰਿਹਾ ਵੈਸੇ ਤਾਂ ਉਰੇ ਸਭ ਕੁਝ ਮਿਲ ਜਾਂਦਾ ਪਰ ਜੋ ਖਾਣਾ ਇੰਡੀਆ ਦਾ ਆਪਾਂ ਖਾਂਦੇ ਸੀ ਘਰਦਿਆਂ ਦੇ ਹੱਥ ਦਾ ਉਹ ਹਲੇ ਤੱਕ ਬਹੁਤ ਮਿਸ ਹੋ ਰਿਹਾ ਓਕੇ ਇੰਡੀਆ ਫੈਮਿਲੀ ਮਿਸ ਕਰਦੇ ਹੋ ਓਬਵੀਅਸਲੀ ਫੈਮਿਲੀ ਮੈਂ ਸਾਰਾ ਦਾ ਨਾਲ ਮਿਲ ਕੇ ਰਹਿਣਾ ਇੱਥੇ ਕੋਈ ਕਿਸੇ ਨੂੰ ਬੁਲਾ ਕੇ ਰਾਜੀ ਨਹੀਂਗਾ ਐਂਡ ਸਾਰੇ ਆਪਣਾ ਮਤਲਬ ਦੇਖਦੇ ਆ ਸੋ ਸਭ ਤੋਂ ਜ਼ਿਆਦਾ ਤੇ ਓਬਵੀਅਸਲੀ ਫੈਮਿਲੀ ਤੇ ਦੂਜਾ ਮੈਂ ਫੂਡ ਓਕੇ ਕਿਉਂਕਿ ਮੈਂ ਵੈਜੀਟੇਰੀਅਨ ਹਾਂ ਇੱਥੇ ਸੋ ਡਿਫਿਕਲਟੀ ਆਉਂਦੀ ਹੈ ਵੈਜੀਟੇਰੀਅਨ ਫੂਡ ਬਹੁਤ ਘੱਟ ਮਿਲਦਾ ਤੇ ਸਟੱਡੀ ਤੇ ਜੌਬ 'ਚ ਕੀ ਮੇਨ ਡਿਫਰੈਂਸ ਹੈ ਮਤਲਬ ਇੰਡੀਆ ਦੀ ਤੇ ਇੱਥੋਂ ਦੀ ਸਟੱਡੀ ਦੇ ਵਿੱਚ ਸਟੱਡੀ ਜੇ ਆਪਾਂ ਇੱਦਾਂ ਕਹੀਏ ਵੀ ਲਾਈਕ ਟੈਸਟ ਉਹਦਾ ਪ੍ਰੈਸ਼ਰ ਨਹੀਂ ਹੈਗਾ ਕੋਈ ਬਾਹਲਾ ਜ਼ਿਆਦਾ ਬਟ ਹਾਂ ਵੀ ਦੋ ਤਿੰਨ ਜਦੋਂ ਮੈਨੇਜ ਕਰਨਾ ਕੰਮ ਨੂੰ ਤੇ ਮਤਲਬ ਸਟੱਡੀ ਨੂੰ ਨਾਲ ਨਾਲ ਉਹ ਚੀਜ਼ ਥੋੜ੍ਹਾ ਜਿਹਾ ਕੰਮ ਜਦੋਂ ਹੁੰਦਾ ਵਾ ਵੀ ਬੰਦੇ ਨੂੰ ਉੱਧਰ ਵੀ ਚੇਤਾ ਆ ਜਾਂਦਾ ਵੀ ਸਾਡੀਆਂ ਅਸਾਈਨਮੈਂਟਾਂ ਰਹਿੰਦੀਆਂ ਸਾਡੇ ਟੈਸਟ ਆਉਣ ਵਾਲੇ ਆ ਹਾਂਜੀ ਉਹ ਚੀਜ਼ਾਂ ਨੂੰ ਦੋਨਾਂ ਨੂੰ ਬੈਲੈਂਸ ਕਰਕੇ ਚੱਲਣਾ ਉਹ ਥੋੜ੍ਹਾ ਹਾਰਡ ਹੋ ਜਾਂਦਾ ਉਦਾਂ ਤਾਂ ਠੀਕ ਆ ਹਾਂਜੀ ਠੀਕ ਹੈ ਓਕੇ ਬਾਕੀ ਤੇ ਸਟਰਕਚਰ ਤੇ ਡਿਫਰੈਂਟ ਆ ਸਟੱਡੀ ਦੇ ਚ ਜਿੱਦਾਂ ਆਪਣੇ 50-50 ਰੂਲ ਹੀ ਹੁੰਦਾ ਹੈਗਾ ਹਾਂਜੀ ਇੱਥੇ ਉਹ ਚੀਜ਼ ਹੈਗੀ ਆ ਵੀ ਜਿੱਦਾਂ ਆਪਾਂ ਨੂੰ 50% ਜਿਹੜੇ ਅਸਾਈਨਮੈਂਟਾਂ 'ਚ ਵੀ ਚਾਹੀਦੇ ਆ ਤੇ ਓਵਰਆਲ ਵੀ ਚਾਹੀਦੇ ਆ ਬੇਸਿਕਲੀ ਪੇਪਰਾਂ 'ਚ ਵੀ ਪੜ੍ਹ ਲਈ ਆਪਾਂ ਤਾਂ ਵੀ ਪਾਸ ਹੋ ਜਾਂਦੇ ਆ ਇੱਥੇ ਸਾਨੂੰ ਸਾਰਾ ਸਮੈਸਟਰ ਮਤਲਬ ਵਧੀਆ ਮਿਹਨਤ ਕਰਨੀ ਪੈਂਦੀ ਆ ਓਵਰਆਲ ਅਚੀਵ ਕਰਨਾ ਪੈਂਦਾ ਤਾਂ ਗੱਲ ਬੰਦੀ ਇੱਥੇ ਆ ਹਾਂਜੀ ਸਹੀ ਗੱਲ ਹੈ ਅਕੋਰਡਿੰਗ ਟੂ ਮਾਈ ਓਨ ਐਕਸਪੀਰੀਅੰਸ ਜੋ ਮੈਂ ਆਪਣਾ ਐਕਸਪੀਰੀਅੰਸ ਕੀਤਾ ਹੀ ਸਟੱਡੀ ਇੱਥੋਂ ਦੀ ਥੋੜ੍ਹੀ ਨਾ ਐਜ਼ ਕੰਪੇਅਰ ਟੂ ਇੰਡੀਆ ਈਜ਼ੀ ਆ ਕਿਉਂਕਿ ਇੱਥੇ ਪ੍ਰੈਕਟੀਕਲ ਲਾਈਫ ਥੋੜ੍ਹੀ ਇੰਪੋਰਟੈਂਸ ਦਿੰਦੇ ਪ੍ਰੈਕਟੀਕਲ ਲਾਈਫ ਨੂੰ ਬਟ ਐਜ਼ ਕੰਪੇਅਰ ਟੂ ਇੰਡੀਆ ਉੱਥੇ ਜ਼ਿਆਦਾਤਰ ਥਿਉਰੀ ਪਾਰਟ ਆ ਸੋ ਉਹਨਾਂ ਆਪਾਂ ਨੂੰ ਬੁੱਕਸ ਦੇ ਵਿੱਚ ਜ਼ਿਆਦਾ ਵਾੜਦੇ ਆ ਇੱਥੇ ਆਪਾਂ ਨੂੰ ਪ੍ਰੈਕਟੀਕਲ
ਪ੍ਰੈਕਟੀਕਲ ਲਾਈਫ ਇੰਜੋਏ ਕਰਨ ਨੂੰ ਮਿਲਦੀ ਹਾਂਜੀ ਇੰਡੀਆ ਦੀ ਸਟੱਡੀ ਵੈਸੇ ਤਾਂ ਡਿਫੀਕਲਟ ਆ ਕਿਉਂਕਿ ਉਹ ਸਟੈਪ ਵਾਈਜ਼ ਆਪਾਂ ਦੇਖੀਏ ਤਾਂ ਉਹਦੇ ਦੀ ਸਟੱਡੀ ਬਹੁਤ ਈਜ਼ੀ ਆ ਇੰਡੀਆ ਦੇ ਨਾਲ ਕਿਉਂਕਿ ਜੋ ਆਪਾਂ ਚੀਜ਼ ਪਹਿਲਾਂ ਪੜ੍ਹ ਚੁੱਕੇ ਹੁੰਦੇ ਹਾਂ ਉਹ ਹਲੇ ਆ ਕੇ ਉਹਦੇ ਕਾਲਜ 'ਚੋਂ ਪੜ੍ਹਦੇ ਹੋ ਹਾਂਜੀ ਤਾਂ ਉਹਦੇ ਦੀ ਸਟੱਡੀ ਵਰਦੀ ਈਜ਼ੀ ਲੱਗੀ ਓਕੇ ਸੋ ਇੱਥੇ ਲੀਨੀਅਰਨੈਸ ਜ਼ਿਆਦਾ ਹੈ ਤੁਹਾਡੀ ਕੰਪਨੀ ਉੱਥੇ ਘਰਦਿਆਂ ਦਾ ਡਰ ਸੀ ਉੱਥੇ ਕਰ ਲੈਂਦੇ ਸੀ ਪਤਾ ਸੀ ਕਿਉਂਕਿ ਜੇ ਪੇਪਰਾਂ 'ਚ ਫੇਲ ਹੋ ਗਏ ਤਾਂ ਪੀ ਟੀ ਐਮ ਆਉਣੀ ਆ ਇੱਥੇ ਕੋਈ ਪੀ ਟੀ ਐਮ ਨਹੀਂ ਹੈਗੀ ਤਾਂ ਕਰਕੇ ਓਕੇ ਠੀਕ ਹੈ ਐਜੂਕੇਸ਼ਨ ਸਿਸਟਮ ਇੰਡੀਆ ਦਾ ਜ਼ਿਆਦਾ ਬੈਟਰ ਆ ਕਿਉਂਕਿ ਇੱਥੇ ਪੜ੍ਹਾਉਂਦੇ ਨਹੀਂ ਸਹੀ ਤਰੀਕੇ ਨਾਲ ਬਸ ਉਹ ਐਕਸਪੈਕਟ ਕਰਦੇ ਕਿ ਬੱਚਾ ਆਪਣੇ ਆਪ ਸਿੱਖੇ ਤੁਹਾਨੂੰ ਇਹ ਈਜ਼ੀ ਨਹੀਂ ਲੱਗਿਆ ਕਿ ਇੱਥੇ ਜ਼ਿਆਦਾ ਲੀਨੀਅਟ ਆ ਅਤੇ ਉੱਥੇ ਜ਼ਿਆਦਾ ਡਿਫੀਕਲਟ ਹੁੰਦਾ ਆਪਾਂ ਮੈਂ ਆਈ ਟੀ ਦੀ ਸਟੂਡੈਂਟ ਸੀਗੀ ਸੋ ਮੇਰੇ ਲਈ ਇੱਥੇ ਵੀ ਲੀਨੀਅਟ ਨਹੀਂ ਸੀਗਾ ਇੱਥੇ ਵੀ ਬਹੁਤ ਔਖਾ ਹੋਇਆ ਇੱਥੇ ਲਾਈਕ ਥੋੜ੍ਹਾ ਜਿਹਾ ਸਕੈਜੂਅਲ ਡਿਫਰੈਂਟ ਆ ਜਿੱਦਾਂ ਕਈ ਵਾਰ ਰਾਤ ਨੂੰ ਕਲਾਸਿਸ ਹੁੰਦੀ ਆ ਕਈ ਵਾਰ ਬਹੁਤ ਸਵੇਰੇ ਸਵੇਰੇ ਹੁੰਦੀ ਆ ਇਨ ਬਿਟਵੀਨ ਬੰਦਾ ਵਿਹਲਾ ਰਹਿੰਦਾ ਜਿਹੜਾ ਇੰਡੀਆ 9 to 5 ਆ ਸਟੱਡੀ ਉਸ ਤੋਂ ਬਾਅਦ ਹੁੰਦਾ ਕੰਪਲੀਟਲੀ ਵਿਹਲਾ ਹੈ ਜਦੋਂ ਤੁਸੀਂ ਇੱਥੇ ਆਏ ਤੁਹਾਨੂੰ ਲੱਗਿਆ ਕਿ ਕਿਤੇ ਨਾ ਕਿਤੇ ਤੁਹਾਨੂੰ ਕੋਈ ਡਿਸਕ੍ਰਿਮੀਨੇਟ ਕਰ ਰਿਹਾ ਕਿ ਸਟੂਡੈਂਟ ਦਾ ਟਾਈਟਲ ਦੇ ਕੇ ਕਿ ਸਟੂਡੈਂਟਸ ਵਧੀਆ ਤਰ੍ਹਾਂ ਰਹਿੰਦੇ ਨਹੀਂ ਆ ਜਦੋਂ ਵੀ ਏਜੰਸੀ 'ਚ ਫੋਨ ਲਾਓ ਤੁਸੀਂ ਕੀ ਸਟੂਡੈਂਟ ਹੋ ਸੌਰੀ ਕਿ ਖੋਲ ਰਹੀ ਹੈਗਾ ਘਰ ਦੇ ਵੀ ਸਾਡੇ ਕੋਲ ਕੋਈ ਸਟੂਡੈਂਟਸ ਲਈ ਕੰਮ ਨਹੀਂ ਹੈਗਾ ਤੁਹਾਨੂੰ ਅੱਗੇ ਵੇਟ ਕਰੋ ਥੋੜਾ ਜਿਹਾ ਵੇਟ ਕਰੋ ਮਹੀਨੇ ਦੀ ਵੇਟ ਕਰਦੇ ਕਰਦੇ 5 ਸਾਲ ਹੋ ਗਿਆ ਵੀ ਆ ਜਾਂਦੇ ਸੀ ਉਹਨਾਂ ਨੇ ਕਹਿਣਾ ਉਹ ਸਾਡੇ ਵੀ ਸਟੂਡੈਂਟ ਆਏ ਆ ਘਰੇ ਰਹਿੰਦੇ ਆ ਗੰਦ ਪਾਉਂਦੇ ਆ ਆ ਕੁਸ਼ਨ ਪਾਸੇ ਹੀ ਕੁਸ਼ਨ ਮੀਨਸ ਉਹ ਤੁਹਾਨੂੰ ਜੱਜ ਕਰਦੇ ਆ ਜੱਜ ਕਰਦੇ ਆ ਬੇਸਿਕਲੀ ਜ਼ਿਆਦਾਤਰ ਡਿਸਕ੍ਰਿਮੀਨੇਸ਼ਨ ਤਾਂ ਮੁੰਡਿਆਂ ਨਾਲ ਹੀ ਹੁੰਦਾ ਇੱਥੇ ਕੁੜੀਆਂ ਨਾਲ ਤਾਂ ਕੀ ਹੋਣਾ ਜਿੱਦਾਂ ਆਪਾਂ ਬਾਈ ਚਾਂਸ ਕੋਈ ਮਤਲਬ ਰੂਮ ਰਾਮ ਲੱਭਦੇ ਹਾਂ ਜਿਹੜੀ ਵੀ ਆਪਾਂ ਐਡ ਦੇਖਦੇ ਆ ਵੀ ਰੂਮ ਕੁੜੀਆਂ ਲਈ ਆ ਵੀ ਰੂਮ ਕੁੜੀਆਂ ਲਈ ਆ ਸੋ ਮੁੰਡੇ ਨੂੰ ਬੜਾ ਔਖਾ ਹੁੰਦਾ ਰੂਮ ਲੱਭਣ ਦਾ ਇੱਥੇ ਹਾਂਜੀ ਮੇਨ ਥਿੰਗ ਰੂਮ ਦੀ ਇਹ ਆ ਕਿ ਐਜ਼ ਕੰਪੇਅਰ ਟੂ ਗਰਲਸ ਕੋਏ ਦਾ ਕਿਰਾਇਆ ਬਹੁਤ ਜ਼ਿਆਦਾ ਆ ਜੇ ਕੁੜੀਆਂ ਉੱਥੇ 350 ਦੇ ਰਹੀਆਂ ਵਾ ਤਾਂ ਮੁੰਡੇ ਤੋਂ 650 ਲੈਂਦੇ ਆ ਕਿਉਂਕਿ ਇੱਦਾਂ ਲੱਗਦਾ ਵੀ ਮੁੰਡੇ ਗੰਦ ਪਾਉਂਦੇ ਆ ਖਲਾਰਾ ਪਾਉਂਦੇ ਆ ਇੱਕ ਗੱਲ ਇੱਥੇ ਇੰਡੀਅਨ ਲੋਕਾਂ ਦੀ ਬਹੁਤ ਮਾੜੀ ਆ ਸਟੂਡੈਂਟਸ ਕਿਸ਼ਤਾਂ 'ਤੇ ਗੱਡੀਆਂ ਲੈ ਕੇ ਹਵਾ ਕਰਦੇ ਆ ਪਰ ਉਹ ਵਿਚਾਰੇ ਪੇ ਵੀ ਕਰਦੇ ਉਸ ਚੀਜ਼ ਦਾ ਜੇ ਉਹਨਾਂ ਦੇ ਸ਼ੌਂਕ ਆ ਉਹ ਪੂਰੇ ਕਰ ਰਹੇ ਆ ਬਟ ਉਹ ਪੇ ਵੀ ਕਰ ਰਹੇ ਆ ਉਹਦੇ ਲਈ ਸਟਰਗਲ ਵੀ ਕਰ ਰਹੇ ਆ ਉਹ ਸਟਰਗਲ ਕਰਦੇ ਆ ਲੈ ਕੇ ਨਹੀਂ ਕਰ ਰਹੇ ਵੀ ਉਹ ਚੀਜ਼ ਨੂੰ ਜੱਜ ਕਰਦੇ ਬਹੁਤ ਲੋਕ ਵੀ ਉਹ ਇਦਾਂ ਨੇ ਉਹ ਇਦਾਂ ਨੇ ਹਨਾ ਵੀ ਚੈਲੰਜਰ ਲੈ ਕੇ ਇਹ ਮਿਹਨਤ ਬਾਕੀ ਜਿਹੜਾ ਮੁੰਡਿਆਂ ਦੇ ਗੰਦ ਪਾਉਣ ਵਾਲੀ ਗੱਲ ਆ ਦਾਰੂ ਪੀ ਕੇ ਸਾਰੇ ਮੁੰਡੇ ਇੱਕੋ ਵਰਗੇ ਵੀ ਨਹੀਂ ਹੁੰਦੇ ਕਿ ਕੁਛ ਦੇ ਕਰਕੇ ਵੀ ਆਪਾਂ ਸਾਰੇ ਮੁੰਡੇ ਬਦਨਾਮ ਹੋ ਜਾਂਦੇ ਆ ਵੀ ਸਾਰੇ ਮੁੰਡੇ ਇੱਕੋ ਵਰਗੇ ਵੀ ਨਹੀਂ ਹੁੰਦੇ ਦਾਰੂ ਪੀ ਗੰਦ ਪਾਉਣ ਜਾਂ ਹੁੱਲੜਬਾਜ਼ੀ ਕਰਨ ਹਾਂਜੀ ਉਹ ਸਾਰੇ ਇੱਕੋ ਵਰਗੇ ਨਹੀਂ ਹੁੰਦੇ ਪਰ ਉਹ ਲਾਈਕ ਹਮੇਸ਼ਾ ਵੀ ਹੁੱਲੜਬਾਜ਼ੀ ਨਹੀਂ ਕਰਦੇ ਜੇ ਕਿਤੇ ਕਿਸੇ ਨੂੰ ਲੋੜ ਪਵੇ ਉਹ ਅੱਗੇ ਹੁੰਦੇ ਆ ਸਾਰੇ ਜਾਣੇ ਫਰੈਂਡਸ ਦੇ ਤੌਰ 'ਤੇ ਜੇ ਕਿਤੇ ਮੈਂ ਇੱਕ ਗੱਲ ਦੇਖੀ ਆ ਇੱਥੋਂ ਦੇ ਕਈ ਮੁੰਡੇ ਇਹੋ ਜਿਹੇ ਆ ਜੇ ਕਿਸੇ ਕੁੜੀ ਨੂੰ ਕੋਈ ਪ੍ਰੋਬਲਮ ਹੋਵੇ ਨਾ ਸਭ ਤੋਂ ਮੂਹਰੇ ਆ ਕੇ ਉਹ ਹੈਲਪ ਕਰਦੇ ਆ ਹਾਂਜੀ ਈਵਨ ਕਿ ਉਹ ਤੁਹਾਡਾ ਸਾਥ ਵੀ ਦਿੰਦੇ ਆ ਕੁਛ ਕੁ 2% ਮੁੰਡੇ ਹੋਣਗੇ ਜਿਹੜੇ ਗਲਤ ਹੈ ਬਟ ਕਈ ਉਹਨਾਂ 'ਚੋਂ ਇਹੋ ਜਿਹੇ ਮੁੰਡੇ ਆ ਜਿਹੜੇ ਬਹੁਤ ਸਾਥ ਦਿੰਦੇ ਆ ਹੈਲਪ ਕਰਦੇ ਆ ਕੁੜੀਆਂ ਦੀ ਕੰਮ ਲੱਭਣ ਦੇ ਵਿੱਚ ਵੀ ਬਹੁਤ ਜ਼ਿਆਦਾ ਹੈਲਪ ਕਰਦੇ ਆ ਨਹੀਂ ਜਿੱਥੋਂ ਤੱਕ ਮੈਂ ਹੁਣ ਤੱਕ ਐਕਸਪਲੋਰ ਕੀਤਾ ਅਤੇ ਮੈਨੂੰ ਇਹੋ ਜਿਹਾ ਕੋਈ ਨਹੀਂ ਲੱਗਾ ਕਿ ਇੱਥੇ ਸਟੂਡੈਂਟ ਨੂੰ ਦੇਖ ਕੇ ਕੋਈ ਨੂੰ ਡਿਸਕ੍ਰਿਮੀਨੇਟ ਕਰ ਰਹੇ ਆ ਕਿਉਂਕਿ ਮੈਂ ਜਿੱਥੇ ਗਿਆ ਫੁੱਲ ਰਿਸਪੈਕਟ ਆ ਐਜ਼ ਇਫ ਉਹ ਆਪਣਾ ਬੈਕ ਕੰਟਰੀ ਤੋਂ ਆ ਜਾਂ ਇੱਥੋਂ ਆ ਉਹ ਰਿਸਪੈਕਟ ਦਿੰਦਾ ਹਰ ਬੰਦੇ ਨੂੰ ਦਿੰਦਾ ਨਾ ਕਿ ਇੱਥੇ ਕੋਈ ਸਟੂਡੈਂਟ ਆ ਉੱਥੇ ਹਰ ਬੰਦੇ ਨੂੰ ਰਿਸਪੈਕਟ ਮਿਲਦੀ ਆ ਜਿੱਥੋਂ ਤੱਕ ਦੀ ਮੇਰੀ ਇੱਥੋਂ ਦੀ ਮੈਂ ਜਿੰਨਾ ਐਕਸਪਲੋਰ ਕਰਿਆ ਸੋ ਜਦੋਂ ਮੈਂ ਕੈਨੇਡਾ ਆਈ ਸੋ ਸਭ ਤੋਂ ਪਹਿਲਾਂ ਮੈਂ ਜੈਪਨੀਜ਼ ਰੈਸਟੋਰੈਂਟ ਕੰਮ ਕੀਤਾ ਉੱਥੇ ਬਹੁਤ ਜ਼ਿਆਦਾ ਡਿਸਕ੍ਰਿਮੀਨੇਸ਼ਨ ਹੁੰਦਾ ਸੀ ਬਿਕੋਜ਼ ਸਾਰੇ ਇੱਕ ਕਮਿਊਨਿਟੀ ਦੇ ਸੀ ਅਤੇ ਮੈਂ ਡਿਫਰੈਂਟ ਸੀ ਮਤਲਬ ਐਜ਼ ਅ ਸਟੂਡੈਂਟ ਜੇ ਆਪਾਂ ਕਰੀਏ ਸਾਡੇ ਮੇਰੇ ਟਾਈਮ ਜੇ ਗੱਲ ਕਰਾਂ ਉਦੋਂ ਪੇ ਰੇਟ ਵੀ ਘੱਟ ਸੀ ਰਾਈਟ 15-55 ਸਮਥਿੰਗ ਇੰਨਾ ਸੀ ਹੈ ਨਾ ਜੇ ਤਾਂ ਆਪਾਂ ਐਜ਼ ਅ ਸਟੂਡੈਂਟ ਅਸਿਨ 'ਤੇ ਕੰਮ ਕਰਦੇ ਓਬਵੀਅਸਲੀ ਉਹਨਾਂ ਨੂੰ ਪੇ ਪੂਰਾ ਕਰਨਾ ਪੈਂਦਾ ਬਟ ਜੇ ਆਪਾਂ ਕਰੀਏ ਕਿ ਕੁਝ ਸਟੂਡੈਂਟ ਕੈਸ਼ 'ਤੇ ਵੀ ਕਰਨਾ ਚਾਹੁੰਦੇ ਆ ਲਾਈਕ ਹੈ ਨਾ ਬਟ ਉਹਨਾਂ ਨੂੰ ਕੀ 15 ਤੋਂ ਡਾਊਨ ਲਾਈਕ 9-10 ਹੀ ਪੇ ਕੀਤੇ ਜਾਂਦੇ ਆ ਜੇ ਮੈਂ ਸਿੱਧੀ ਗੱਲ ਕਰਾਂ ਫਿਰ ਤਾਂ ਇਹੀ ਆ ਕਿ ਆਪਣੀ ਹੀ ਸੋਸਾਇਟੀ ਤੁਹਾਨੂੰ ਕਰੂਗੀ ਡਿਸਕ੍ਰਿਮੀਨੇਟ ਇੱਥੋਂ ਦੀ ਨਹੀਂ ਕਰੂਗੀ ਇੰਨਾ ਆਪਣੀ ਕਮਿਊਨਿਟੀ ਕਰੂਗੀ ਨਹੀਂ ਕਰਨਗੇ ਨਹੀਂ ਕਿ ਲੇਕਿਨ ਆਪਣੀ ਕਰੂਗੀ ਤੁਹਾਨੂੰ ਹਾਂ ਜਿਵੇਂ ਕਿ ਤੁਸੀਂ ਕਿਹਾ ਕਿ ਸਟੂਡੈਂਟ ਨੂੰ ਜ਼ਿਆਦਾ ਟਾਈਟਲ ਮਿਲਦਾ ਰਹਿੰਦਾ ਕਿ ਹਾਂ ਵੀ ਕਿ ਉਹਨੂੰ ਇਹ ਨਹੀਂ ਕੀਤਾ ਉਹਨੇ ਇਹ ਨਹੀਂ ਕੀਤਾ ਜਾਂ ਆਪਾਂ ਕਹਿ ਦਿੰਦੇ ਕਿ ਜਿਵੇਂ ਵੀ ਕਿਤੇ ਘੁੰਮਣ ਜਾਈਦਾ ਲੋਕ ਕਹਿ ਦਿੰਦੇ ਕਿ ਇਹ ਘੁੰਮਦੇ ਫਿਰਦੇ ਆ ਉਹ ਕੀ ਕਹਿ ਦਿੰਦੇ ਆਪਾਂ ਉਹ ਚੌੜ ਕਰਦੇ ਫਿਰਦੇ ਉਹ ਚੀਜ਼ ਹੋ ਜਾਂਦੀ ਹੈ ਦੇਖੋ ਟੂ ਬੀ ਓਨੈਸਟ ਮੇਰੇ ਨਾਲ ਤਾਂ ਨਹੀਂ ਹੋਇਆ ਮੈਨੂੰ ਆਪਣੀ ਫਰੈਂਡ ਦੀ ਸਟੋਰੀ ਯਾਦ ਆ ਉਹਨੂੰ ਪੇ ਨਹੀਂ ਮਿਲਦੀ ਸੀ ਈਵਨ ਮੈਨੂੰ ਯਾਦ ਆ ਲਾਸਟ ਟਾਈਮ ਮੈਂ ਜੋਬ ਕਰਨ ਲੱਗੀ ਅਤੇ 1 month ਦੀ ਮੈਨੂੰ ਮੇਰੀ ਸੈਲਰੀ ਵੀ ਨਹੀਂ ਮਿਲੀ ਦੇ ਡਿਪੈਂਡਸ ਕਿਉਂਕਿ ਕਈ ਕਈ ਜਗ੍ਹਾ ਜਾਂਦੇ ਆ ਉੱਥੇ ਹੁੰਦਾ ਵੀ ਬੋਲਦਾ ਕੋਈ ਨਹੀਂ ਕਿਉਂਕਿ ਅੱਜ ਕੱਲ੍ਹ ਡੈਫੀਨੇਟਲੀ ਰੂਲਸ ਇੱਦਾਂ ਦੇ ਆ ਕਿ ਤੁਸੀਂ ਬੋਲ ਕੇ ਡਿਸਕ੍ਰਿਮੀਨੇਟ ਨਹੀਂ ਕਰ ਸਕਦੇ ਬਟ ਯੂ ਆਲਵੇਜ਼ ਨੋ ਯੂ ਹੈਵ ਐਨ ਇੰਟਿਊਸ਼ਨ ਕਿ ਉਹ ਬੰਦਾ ਤੁਹਾਨੂੰ ਡਿਸਕ੍ਰਿਮੀਨੇਟ ਕਰ ਰਿਹਾ ਬਟ ਇਹਦਾ ਇੱਕ ਅਦਰ ਸਾਈਡ ਵੀ ਆ ਕਿ ਸਾਨੂੰ ਬਹੁਤ ਸਾਰੇ ਫਾਇਦੇ ਵੀ ਮਿਲਿਆ ਐਜ਼ ਅ ਸਟੂਡੈਂਟ ਲਾਈਕ ਇੱਕ ਵਾਰ ਅਸੀਂ ਸਨੋ ਟਾਇਰ ਲੈਣ ਗਏ ਸੀ ਸਾਨੂੰ ਉਹਨਾਂ ਦੇ ਡਿਸਕਾਊਂਟ ਮਿਲਿਆ ਸੀ ਕਿਉਂਕਿ ਅਸੀਂ ਸਟੂਡੈਂਟ ਹਾਂ ਸੋ ਇਟ ਗੋਜ਼
ਕਾਲਜ 'ਚ ਡਿਸਕ੍ਰਿਮੀਨੇਸ਼ਨ ਤਾਂ ਕਾਲਜ ਵੀ ਹੋਇਆ ਕਿਉਂਕਿ ਪ੍ਰੋਫੈਸਰ ਇੱਕ ਇੰਡੀਅਨ ਸੀਗਾ ਸੋ ਜਾਣ ਕੇ ਕਿ ਫੇਲ ਕਰਨਾ ਆ ਇਹਦਾ ਬਹੁਤ ਕੋਸ਼ਿਸ਼ ਕਰਦੇ ਸੀ ਬਟ ਠੀਕ ਆਪਣੀ ਮਿਹਨਤ ਨਾਲ ਹੋ ਗਿਆ ਸੋ ਡਿਸਕ੍ਰਿਮੀਨੇਸ਼ਨ ਹੈ ਇੱਥੇ ਵੀ ਕਹਿੰਦੇ ਹਾਂਜੀ ਓਕੇ ਮੈਨੂੰ ਇੱਥੇ ਵੈਸੇ ਜ਼ਿਆਦਾ ਨਹੀਂ ਲੱਗਿਆ ਪਰ ਇੱਕ ਦੋ ਟੀਚਰਸ ਹੈਗੇ ਆ ਇੱਥੇ ਕਿ ਜਿਹੜਾ ਰੇਸਿਜ਼ਮ ਕਰਦੇ ਆ ਹਾਂਜੀ ਉਹ ਲਾਈਕ ਗੋਰਿਆਂ ਨੂੰ ਜ਼ਿਆਦਾ ਵਧੀਆ ਟ੍ਰੀਟ ਕਰਦੇ ਆ ਇੰਸਟੈਡ ਆਫ ਇੰਡੀਅਨਸ ਨੂੰ ਜਾਂ ਫਿਰ ਕੋਈ ਵੀ ਹੋਰ ਕੰਟਰੀ ਦੇ ਆਏ ਜਾਂ ਮਤਲਬ ਉੱਦਾਂ ਵੀ ਕੰਮ ਵਗੈਰਾ 'ਤੇ ਜਾਂ ਬਾਹਰ ਕਮਿਊਨਿਟੀ 'ਚ ਕਦੇ ਲੱਗਿਆ ਨਹੀਂ ਮਤਲਬ ਹਿਊਜ ਡਿਫਰੈਂਸ ਨਹੀਂ ਹੈਗਾ ਪਰ ਕਿਤੇ ਨਾ ਕਿਤੇ ਹੈਗਾ ਹੈ ਹਾਂਜੀ ਹਾਂਜੀ ਓਕੇ ਸੋ ਓਵਰਆਲ ਤੁਸੀਂ ਗਾਈਜ਼ ਇੱਥੇ ਮਤਲਬ ਵਧੀਆ ਖੁਸ਼ ਹੋ ਕੈਨੇਡਾ 'ਚ ਮੈਂ ਤਾਂ ਬਹੁਤ ਖੁਸ਼ ਹਾਂ ਓਕੇ ਜਿਹੜੇ ਮੁਲਕ ਦਾ ਕਹੀ ਉਸ ਦਾ ਬੁਰਾ ਨਹੀਂ ਮੰਨੀ ਤਾਂ ਕਿ ਮਿਹਨਤ ਹੈ ਹੁਣ ਕਰਾਂਗੇ ਖੜੇ ਹੋਵਾਂਗੇ ਯਾ ਓਕੇ ਠੀਕ ਹੈ ਓਵਰਆਲ ਹਲੇ ਦਾ ਫਿਲਹਾਲ ਮੈਂ ਵਰਕ ਪਰਮਿਟ ਤੇ ਆ ਸੋ ਯਾ ਲਾਈਫ ਸਹੀ ਚੱਲ ਰਹੀ ਹੈ ਬਟ ਸਟੂਡੈਂਟ ਟਾਈਮ ਮੈਂ ਆਪਣੀ ਇੱਕ ਈਅਰ ਦੀ ਸਟੱਡੀ ਤਾਂ ਇੰਡੀਆ ਹੀ ਕੰਪਲੀਟ ਕਰ ਲਈ ਸੀ ਮੈਨੂੰ ਇੰਨਾ ਜ਼ਿਆਦਾ ਫੇਸ ਨਹੀਂ ਕਰਨਾ ਪਿਆ ਸੋ ਇੱਕ ਈਅਰ ਦੀ ਹੀ ਇੱਥੇ ਕੰਪਲੀਟ ਕੀਤੀ ਆ ਸੋ ਯਾਰ ਠੀਕ ਰਿਹਾ ਦੋਵੇਂ ਤਾਂ ਆਈ ਐਮ ਰੀਅਲੀ ਵੈਰੀ ਹੈਪੀ